हेलो फ्रेंड्स वेलकम टू पहाड़ी देश पिता महात्मा गांधी जीवनी लेख महात्मा गांधी जीवनी लेख परो मोहन सिंह एम ए ती रचना है इस लेख सिंह ने गांधी जी देगरिया शख्सियत बारे भरपूर जानकारी दिखती है ਲੇਖਕ ਦੱਸਦਾ ਹੈ ਕਿ ਮਹਾਤਮਾ ਗਾਂਧੀ ਹੱਡੀਆਂ ਦੀ ਮੋਟ ਸਨ ਪਰ ਉਹਨਾਂ ਦੀ ਵਿਸ਼ਾਲ ਆਤਮਾ ਦੇ ਕਲਾਵੇ ਵਿੱਚ ਸਾਰੀ ਦੁਨੀਆ ਵਲੀ ਹੋਈ ਸੀ ਆਪ ਦਾ ਜਨਮ 2 ਅਕਤੂਬਰ 1869 ਨੂੰ ਪਿਤਾ ਸ੍ਰੀ ਕਰਮਚੰਦ ਦੇ ਘਰ ਪੋਰਬੰਦਰ ਵਿੱਚ ਹੋਇਆ ਉਹਨਾਂ ਦੇ ਪਿਤਾ ਕਾਠਿਆਵਾੜ ਰਾਜ ਵਿੱਚ ਵਜ਼ੀਰ ਸਨ ਉਹਨਾਂ ਦੀ ਸ਼ਖਸੀਅਤ ਤੇ ਧਾਰਮਿਕ ਰੁਚੀਆਂ ਨੂੰ ਉਹਨਾਂ ਦੀ ਮਾਤਾ ਨੇ ਢਾਲਿਆ ਆਪ ਲਿਖਦੇ ਹਨ ਕਿ ਉਹਨਾਂ ਬਚਪਨ ਵਿੱਚ ਕਦੇ ਝੂਠ ਨਹੀਂ ਸੀ ਬੋਲਿਆ ਤੇਰਾ ਸਾਲਾਂ ਦੀ ਉਮਰ ਵਿੱਚ ਆਪ ਦਾ ਵਿਆਹ ਹੋ ਗਿਆ ਤੇ ਜਦੋਂ ਆਪ ਦੀ ਪਤਨੀ ਕਸਤੂਰਬਾ ਬਾਈ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਤਾਂ ਆਪ ਦੀ ਉਮਰ ਕੇਵਲ 15 ਸਾਲ ਸੀ ਗਾਂਧੀ ਜੀ ਨੇ ਹਾਈ ਸਕੂਲ ਤੇ ਯੂਨੀਵਰਸਿਟੀ ਦੀ ਵਿਦਿਆ ਮਕਾਨ ਮਗਰੋਂ ਬਲਾਇਤ ਤੋਂ ਬੈਰਿਸਟਰੀ ਪਾਸ ਕੀਤੀ ਭਾਰਤ ਪਰਤ ਕੇ ਮੁੰਬਈ ਵਿੱਚ ਪ੍ਰੈਕਟਿਸ ਕਰਨ ਲੱਗੇ ਪਹਿਲਾ ਹੀ ਮੁਕਦਮੇ ਵਿੱਚ ਜ਼ਿਰਾ ਕਰਨ ਸਮੇ ਆਪਦੀਆਂ ਲੱਤਾਂ ਕੰਬਣ ਲੱਗ ਪਈਆਂ ਤੇ ਆਪ ਬਿਨਾ ਕੋਈ ਸਵਾਲ ਪੁੱਛੇ ਬੈਠ ਗਏ 1892 ਵਿੱਚ ਹਿੰਦੁਸਤਾਨ ਵਿੱਚ ਆਪਣੇ ਆਪ ਨੂੰ ਕਾਮਯਾਬ ਹੁੰਦੇ ਨਾ ਦੇਖ ਕੇ ਆਪ ਦੱਖਣੀ ਅਫਰੀਕਾ ਚਲੇ ਗਏ ਉੱਥੇ ਆਪ ਲੋਕਾਂ ਦੇ ਲੀਡਰ ਬਣ ਗਏ ਆਪ ਵੀ ਸਾਲ ਉੱਥੇ ਰਹੇ ਉੱਥੇ ਉਹ ਕਾਮਯਾਬ ਬੈਰਿਸਟਰ ਸਨ ਤੇ 5000 ਪੌਂਡ ਸਾਲਾਨਾ ਕਮਾਉਂਦੇ ਸਨ ਪਰ ਆਪ ਨੇ ਇਹ ਕੀਤਾ की एक जिम्मेदार बस्ती आबाद की ही आपने इंडियन अखबार जारी किया कियावराज न पुस्तक लिखी इथे ही आपने सत्याग्रह के सिद्धांत ते तीन बारी कैद कट्टी उन्नीस सौ चौदह विच वापस भारत परत के आपने अहमदाबाद विच एक बस्ती आबाद ਕੀਤੀ ਅਤੇ ਗਰੀਬਾਂ ਤੇ ਅਛੂਤਾ ਵਿੱਚ ਰਹਿ ਕੇ ਆਪਣੇ ਗਰੀਬੀ ਭਾਵ ਨੂੰ ਹੋਰ ਦ੍ਰਿੜ ਕੀਤਾ ਪਹਿਲੇ ਮਹਾਯੁੱਧ ਵਿੱਚ ਹਿੰਦੂਸਤਾਨੀਆਂ ਨੇ ਅੰਗਰੇਜ਼ਾਂ ਦਾ ਪਰੀ ਵਫਾਦਾਰੀ ਨਾਲ ਸਾਥ ਦਿੱਤਾ ਪਰੰਤੂ ਬਦਲੇ ਵਿੱਚ ਉਹਨਾਂ ਨੇ ਅੱਖਾਂ ਪੁੰਚਣ ਵਾਲੀ ਗੱਲ ਕੀਤੀ ਜਿਸ ਕਰਕੇ ਸਵਰਾਜ ਦੀ ਮੰਗ ਜ਼ੋਰ ਫੜ ਗਈ ਜਿਸ ਨੂੰ ਦਬਾਉਣ ਲਈ ਸਰਕਾਰ ਨੇ ਰੋਲਟ ਐਕਟ ਪਾਸ ਕਰ ਦਿੱਤਾ ਇਸ ਵਿਰੋਧ ਮਹਾਤਮਾ ਗਾਂਧੀ ਨੇ ਇਹ ਜ਼ਬਰਦਸਤ ਹੜਤਾਲ ਕਰਾਈ ਨਾਮ ਨਤੀਜਾ ਜਲਿਆਂਵਾਲਾ ਬਾਗ ਦਾ ਖੂਨੀ ਸਾਕਾ ਨਿਕਲਿਆ ਹੰ ਗਾਂਧੀ ਜੀ ਨੇ ਸਿਵਲ ਨਾ ਫਰਮਾਨੀ ਦੀ ਜ਼ਬਰਦਸਤ ਲਹਿਰ ਚਲਾ ਦਿੱਤੀ ਇੱਕ ਪੁੰਜ ਹਿੰਦੁਸਤਾਨੀਆਂ ਨੇ ਅੰਗਰੇਜ਼ੀ ਮਾਲ ਦਾ ਬਾਈਕਾਟ ਕਰਨ ਸਰਕਾਰੀ ਸਕੂਲਾਂ ਕਛੇਲ ਤੇ ਨੌਕਰੀਆਂ ਨੂੰ ਛੱਡਣ ਟੈਕਸ ਦੇਣੋਂ ਨਾ ਕਰਨ ਤੇ ਤਮਗੇ ਤੇ ਸਰ ਤੇ ਖਿਤਾਬ ਪੜਨ ਐੜਾ ਅੰਦਰ ਪਾਉਣ ਦਾ ਫੈਸਲਾ ਕਰ ਲਿਆ ਪਰੰਤੂ 1921 ਵਿੱਚ ਚੌਰਾ ਚਾਰੀ ਵਿੱਚ ਹਿੰਦੁਸਤਾਨ ਨੂੰ ਹਿੰਸਕ ਹੋਏ ਦੇਖ ਕੇ ਇਸ ਲਹਿਰ ਨੂੰ ਵਾਪਸ ਲੈ ਲਿਆ ਤੇ ਆਪਣੀ ਆਤਮਾ ਦੀ ਪਵਿੱਤਰ ਲਈ ਵਰਤ ਰੱਖ ਦਿੱਤਾ 1922 ਵਿੱਚ ਜਦੋਂ ਉਹ ਕੰਧ ਹੋਏ ਤਾਂ ਉਹਨਾਂ ਜੱਜ ਨੂੰ ਆਪਣਾ ਸਾਰਾ ਕਸੂਰ ਦੱਸ ਕੇ ਤੇ ਵੱਦ ਕੈਦ ਮੰਗੀ ਜੱਜ ਨੇ ਉਹਨਾਂ ਨੂੰ 6 ਸਾਲਾਂ ਦੀ ਸਜ਼ਾ ਸੁਣਾਈ ਪਰੰਤੂ ਬਿਮਾਰ ਹੋਣ ਕੱਕਾ 1924 ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ 1930 ਵਿੱਚ ਕਾਂਗਰਸ ਨੇ ਪੂਰਨ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਤੇ ਸਿਵਲ ਨੰਨਾ ਫਰਮਾਨੀ ਦੀ ਲਹਿਰ ਨੂੰ ਤੇਜ਼ ਕਰਨ ਲਈ ਗਾਂਧੀ ਜੀ ਨੇ ਲੈਣ ਦਾ ਸਤਿਆਗ੍ਰਹਿ ਆਰੰਭ ਕਿਤਾਬ ਪਰ 1934 ਵਿੱਚ ਲਹਿਰ ਫੇਕੀ ਪੈ ਗਈ ਕੁਝ ਸਿਰਮਗਰੋਂ ਬਤਾਨੀਆਂ ਸਰਕਾਰ ਨਾਲ ਗੋਲ ਮੇਜ਼ ਕਾਨਫਰੰਸਾਂ ਹੋਈਆਂ ਜਿਸ ਤੇ ਸਿੱਟੇ ਵੱਜੋਂ ਹਿੰਦੁਸਤਾਨ ਨੂੰ 1935 ਵਾਲੀ ਰਾਜ ਬੰਤਰ ਮਿਲੀ ਜਿਸ ਨੂੰ 1937 ਵਿੱਚ ਕਾਂਗਰਸ ਨੇ ਕਾਫੀ ਵਿਰੋਧਤਾ ਮਗਰੋਂ ਪਰਵਾਣ ਕਰ ਲਿਆ 1939 ਵਿੱਚ ਦੂਜੀ ਸੰਸਾਰ ਜੰਗ ਆਰੰਭ ਹੋਈ ਤੇ ਹਿੰਦੁਸਤਾਨ ਦੀ ਸਰਕਾਰ ਬਿਨਾਂ ਜਨਤਾ ਦੀ ਮਰਜ਼ੀ ਤੋਂ ਇਸ ਵਿੱਚ ਸ਼ਾਮਲ ਹੋ ਗਈ। ਗਾਂਧੀ ਜੀ ਨੇ 1942 ਵਿੱਚ ਭਾਰਤ ਛੋੜ ਜਾਓ ਲਹਿਰ ਆਰੰਭ ਕਰ ਦਿੱਤੀ। ਉਹ ਲਹਿਰ ਨੂੰ ਸ਼ਾਂਤਮਈ ਰਹਿ ਕੇ ਚਲਾਉਣਾ ਚਾਹੁੰਦੇ ਸਨ ਪਰੰਤੂ ਲੋਕਾਂ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਬਹੁਤ ਨਫ਼ਰਤ ਸੀ। ਕੁੱਝਰ ਪਿੱਛੋਂ ਜਹਾਜ਼ੀਆਂ ਅਤੇ ਹਵਾਬਾਜ਼ਾਂ ਨੇ ਜ਼ੋਰਦਾਰ ਬਗਾਵਤ ਕਰ ਦਿੱਤੀ ਜਿਸ ਤੋਂ ਕਬਰਾ ਕੇ ਅੰਗਰੇਜ਼ਾਂ ਨੇ ਵਾਅਦਾ ਦਿੱਤਾ ਕਿ ਜੰਤੋ ਮਗਰੋਂ ਭਾਰਤ ਨੂੰ ਸਵਰਾਜ ਤੇ ਦਿੱਤਾ ਜਾਵੇਗਾ ਜੰਗ ਮੁੱਕਣ ਤੱਕ ਅੰਗਰੇਜ਼ਾਂ ਨੇ ਮੁਸਲਿਮ ਲੀਗ ਨੂੰ ਬਹੁਤ ਤਕੜੀ ਕਰ ਦਿੱਤਾ ਸੀ ਜੇ ਦੀਆਂ ਮੰਗਾ ਇੰਨੀਆਂ ਕੁੜੀਆਂ ਸੰਕਿ ਅਖੰਡ ਭਾਰਤ ਦਾ ਸੁਪਨਾ ਟੁੱਟਣ ਲੱਗਾ ਤੇ ਆਖਰ ਅਕਸ 1947 ਵਿੱਚ ਭਾਰਤ ਦੀ ਵੰਡ ਹੋ ਗਈ ਜਿਸ ਨਾਲ ਗਾਂਧੀ ਜੀ ਨੂੰ ਬਹੁਤ ਸਦਮਾ ਪੁੱਜਾ ਉਹਨਾਂ Hindu Muslim ਇਕਤਾ ਲਈ ਬਹੁਤ ਯਤਨ ਕੀਤੇ ਪਰੰਤੂ ਫਿਰਕੂ ਜ਼ਹਿਰ ਲੋਕਾਂ ਦੀਆਂ ਹੱਡੀਆਂ ਵਿੱਚ ਸਮਾ ਚੁੱਕਾ ਸੀ ਹਾਰ ਕੇ ਉਹਨਾਂ ਦਿੱਲੀ ਵਿੱਚ ਪ੍ਰਾਰਥਨਾ ਸਭਾਵਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ 10 ਸਤੰਬਰ 1947 ਤੋਂ ਸ਼ੁਰੂ ਹੋਈ ਆਖਰੀ ਸਭਾ 3 ਜਨਵਰੀ 1948 ਨੂੰ ਜੁੜੀ ਤਾਥੂ ਰਾਮ ਵਿਨਾਇਕ ਗੋਂਡਸੇ ਨੇ ਆਪਦੀ ਹੱਤਿਆ ਕਰ ਦਿੱਤੀ। ਮਹਾਤਮਾ ਗਾਂਧੀ ਨੇ ਆਪਣਾ ਜੀਵਨ ਤੇ ਸਰੀਰ ਬਹੁਤ ਸਾਧਿਆ ਹੋਇਆ ਸੀ। ਉਹਨਾਂ ساری ਉਮਰ ਇੱਕ ਵੀ ਫालतू ਬੋਲ ਨਹੀਂ ਸੀ ਬੋਲਿਆ ਤੇ ਨਾ। ਹੀ ਕੋਈ ਕਮ ਅਕਾਰਤ ਕੀਤਾ ਸੀ। ਉਹ ਹਰ ਰੋਜ਼ ਸਵੇਰੇ 4:30 ਵਜੇ ਉੱਠਦੇ ਤੇ ਸੈਰ ਕਰਨ ਲਈ ਜਾਂਦੇ ਉਹ ਕਮਜ਼ੋਰ ਤੇ ਪਤਲੇ ਸਰੀਰ ਵਾਲੇ ਹੋਣ ਦੇ ਬਾਵਜੂਦ ਬਹੁਤ ਤੇਜ਼ ਤੁਰਦੇ ਸਨ ਅਰਦਾਸ ਵਿੱਚ ਵੀ ਉਹ ਅਤੇ ਲੰਮੀ ਸਨ ਉਹਨਾਂ ਹੀ ਨੇਮ ਵਿਲਾਇਤ ਵਿੱਚ ਵੀ ਕਾਇਮ ਰੱਖਿਆ ਆਪ ਦੋ ਵਾਰੀ ਅਰਦਾਸ ਕਰਦੇ ਸਨ ਇੱਕ ਸੂਰਜ ਚੜਨ ਵੇਲੇ ਤੋਂ ਦੂਜੀ ਛਿਪਣ ਵੇਲੇ ਉਹ ਬੜੇ ਮਿਹਨਤੀ ਸਨ ਉਹ ਲੋਕਾਂ ਨੂੰ ਮਿਲਦੇ ਜਾਂਦੇ ਤੇ ਕੰਮ ਕਰਨ ਵਾਲਿਆਂ ਨੂੰ رائے ਵੀ ਦਿੰਦੇ ਰਹਿੰਦੇ ਉਹ ਲਗਭਗ ਸਾਰੀ ਦੁਨੀਆ ਦੇ ਲੋਕਾਂ ਨਾਲ ਲਿਖਾ ਪੜੀ ਕਰਦੇ ਸਨ ਕੇਵਲ ਇਸ ਨਾਂ ਦਾ ਸਮਾਂ ਹੀ ਉਹਨਾਂ ਲਈ ਆਰਾਮ ਦਾ ਸਮਾਸੀ ਉਹ 40 ਮਿੰਟ ਗਰਮ ਪਾਣੀ ਦੇ ਟੱਬ ਵਿੱਚ ਬੈਠ ਕੇ ਪੜਦੇ ਰਹਿੰਦੇ ਸੋਮਵਾਰ ਉਹਨਾਂ ਦਾ ਮਨ ਤਿਹੜਾ ਹੁੰਦਾ ਸੀ ਉਹਨਾਂ ਵਰਤ ਰੱਖ ਰੱਖ ਕੇ ਆਪਣੇ ਸਰੀਰ ਉੱਤੇ ਬਹੁਤ ਕਾਬੂ ਪਾ ਲਿਆ ਸੀ ਉਹ ਇੱਕਦਮ ਗੂੜੀ ਨੀਂਦ ਸੌ ਜਾਂਦੇ ਤੇ ਪੂਰੇ 50 ਮਿੰਟ ਹੋਣ ਤੇ ਉੱਠ ਪੈਂਦੇ ਉਹ ਰੇਲ ਦੇ ਸਫ਼ਰ ਸਮੇਂ ਸਵਾਰ ਹੋਣ ਪਿੱਛੋਂ 30 ਸਕਿੰਟਾਂ ਵਿੱਚ ਹੀ ਸੌ ਜਾਂਦੇ ਸਨ ਜਾਨ ਲੀਬਰ ਅਨੁਸਾਰ ਆਪ ਦੀ ਪਤਨੀ ਨਿੱਕੀ ਜਹੀ ਗੋਲ ਮੋਲ ਖੁਸ਼ ਰਹਿਣੀ ਤੀਵੀ ਸੀ ਚੇਸ ਦਾ ਮੂੰਹ ਚੀਂਦੀ ਆਜੜੀ ਕੁੜੀ ਵਰਗਾ ਸੀ ਉਹ ਗਾਂਧੀ ਜੀ ਦੇ ਪ੍ਰੋਗਰਾਮਾਂ ਵਿੱਚ ਨਿੱਕਾ ਜਿਹਾ ਵੇਗਨ ਵੀ ਨਹੀਂ ਸੀ ਪਾਉਂਦੀ ਇੱਕ ਵਾਰੀ ਸਟੇਸ਼ਨ ਉੱਤੇ ਇੱਕ ਅੰਗਰੇਜ਼ ਨੇ ਗਾਂਧੀ ਜੀ ਨੂੰ ਕਲੀ ਕਹਿ ਕੇ ਆਵਾਜ਼ ਮਾਰੀ ਤਾਂ ਉਹਨਾਂ ਕੁਲੀਆਂ ਵਾਲੀ ਨਿਮਰਤਾ ਨਾਲ ਉਸਤੇ ਬੈਕ ਚੁੱਕ ਲਈ। ਮਹਾਤਮਾ ਗਾਂਧੀ ਦੀ ਸ਼ਖਸੀਅਤ ਵਿੱਚ ਇੱਕ ਅਜੀਬ ਤਰ੍ਹਾਂ ਦੀ ਖਿੱਚ ਸੀ। ਇੱਕ ਵਾਰੀ ਸਰ ਸਮੂਲ ਹੋਰ ਨੇ ਹਿੰਦੁਸਤਾਨ ਦੇ ਨਵੇਂ ਵਾਇਸਰਾਏ ਲਾਰਡ ਵਲਿੰਗਟਨ ਨੂੰ ਹੁਕਮ ਦਿੱਤਾ ਸੀ ਕਿ ਉਹ ਗਾਂਧੀ ਜੀ ਨੂੰ ਨਾ ਮਿਲੇ ਨਹੀਂ ਤਾਂ ਉਹ ਅਵੱਸ਼ੇ ਉਹਨਾਂ ਵੱਲ ਖਿੱਚਿਆ ਜਾਵੇਗਾ। ਗਾਂਧੀ ਜੀ ਦੀ ਸੂਝ ਬੜੀ ਮਹਿੰਤੇ ਤਿੱਖਣ ਸੀ। ਲੋਕਾ ਨੇ ਮਿਸ ਮਿਉਦੀ ਪੁਸਤਕ 'ਦਰ ਇੰਡੀਆ' ਬਾਰੇ ਬਹੁਤ ਕੁਝ ਲਿਖਿਆ ਹੈ ਪਰ ਉਹ ਉਸ ਖੂਬੀ ਨੂੰ ਨਹੀਂ ਪੈਦਾ ਕਰ ਸਕੇ ਜੋ ਗਾਂਧੀ ਜੀ ਨੇ ਇੱਕ ਵਾਕ ਵਿੱਚ ਪੈਦਾ ਕਰ ਦਿੱਤੀ ਹੈ ਇਹ ਇੱਕ ਅਜਿਹੀ ਪੁਸਤਕ ਹੈ ਜੋ ਕਿਸੇ ਵੀ ਯੂਰਪੀਨ ਨੂੰ ਨਹੀਂ ਪੜਨੀ ਚਾਹੀਦੀ ਅਤੇ ਹਰ ਇੱਕ ਹਿੰਦੁਸਤਾਨੀ ਨੂੰ ਪੜਨੀ ਚਾਹੀਦੀ ਹੈ ਆਪ ਦੀ ਹਿੰਦੁਸਤਾਨ ਬਾਰੇ ਵਾਕਫੀਅਤ ਬੜੀ ਡੂੰਗੀ ਸੀ ਹਿੰਦੁਸਤਾਨ ਦੇ 7 ਲੱਖ ਪਿੰਡਾਂ ਵਿੱਚੋਂ ਗਾਂਧੀ ਜੀ ਨੇ ਬਹੁਤੇ ਦੇਖੇ ਹੋਏ ਸਨ ਆਪ ਮਹਾਰ ਕੇ ਦੇ ਯਾਤਰੀ ਸੰ ਜਨਾ ਬਰਗ ਕਲਾਸ ਦੇ ਕਮਰਿਆਂ ਵਿੱਚ ਤੇ ਖਾਸ ਕਰਕੇ ਪੈਦਲ ਸਾਰਾ ਹਿੰਦੁਸਤਾਨ ਘਾਹਿਆ ਹੋਇਆ ਸੀ